आम आदमी पार्टी ਦੇ ਨਵੇਂ ਬਣੇ ਐਮਐਲਏ ਲਗਾਤਾਰ ਬਦਲਾਵ ਨੀਤੀ ਨੂੰ ਲਾਗੂ ਕਰਨ ਦੀ ਹਿੰਮਤਾ ਵਿੱਚ ਲੱਗੇ ਹੋਏ ਹਨ। ਇਸ ਦੇ ਚੱਲਦੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਵੱਲੋਂ ਅੱਜ ਦੇਰ ਸ਼ਾਮ ਬੰਦ ਪਾਏ ਜਾਂ ਰੁਕੇ ਹੋਏ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਐਮਐਲਏ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਗੀਰਾਂ ਨੂੰ ਦਿੱਕਤਾਂ ਨਾ ਆਉਣ ਇਸ ਕਾਰਨ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਟਾਲਾ ਸ਼ਹਿਰ ਦੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਨੂੰ ਜਲਦ ਹੀ ਪੂਰਾ ਕਰਨ ਲਈ ਐਮਐਲਏ ਵੱਲੋਂ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ ਗਏ ਹਨ। ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟਾਲਾ ਤੋਂ ਬਬਲੂ ਦੀ ਰਿਪੋਰਟ। ਹਾਂਜੀ ਸਰ। ਹਾਂਜੀ, ਇਹ ਜਿਹੜਾ ਅੱਜ ਬਟਾਲਾ ਕਰਦੀਆਂ ਰੋਡ ਸੀ ਜਿੱਥੇ ਸੀਵਰੇਜ ਦਾ ਕੰਮ ਪਹਿਲੇ ਆ ਤੋਂ 6 ਮਹੀਨੇ 7 ਮਹੀਨੇ ਪਹਿਲੇ ਸੀਵਰੇਜ ਬੋਰਡ ਨੇ ਕੀਤਾ ਸੀਗਾ, ਉਹਦੇ ਕਰਕੇ ਜਿਹੜੀਆਂ ਸੜਕਾਂ ਦੇ ਕੱਟ ਲੱਗਣ ਕਾਰਨ ਖਰਾਬ ਹੋਈਆਂ ਸੀ, ਉਹਦੀ ਹੁਣ ਰੈਸਟੋਰੇਸ਼ਨ ਜਿਹੜੀ ਕੀਤੀ ਜਾਏਗੀ ਇਹਨਾਂ ਨੂੰ, ਔਰ ਨਵੇਂ ਸਿਰੇ ਤੋਂ ਪੱਥਰ ਪਾ ਕੇ ਦੁਬਾਰਾ ਬਣਾਇਆ ਜਾਏਗਾ ਤਾਂ ਜੋ ਜਿਹੜੀ ਰਾਹਗੀਰਾਂ ਨੂੰ ਦਿੱਕਤ ਆ ਰਹੀ ਉੱਥੋਂ ਉਹਨੂੰ ਜਲਦੀ ਤੋਂ ਜਲਦੀ ਛੁਟਕਾਰਾ ਦਵਾਇਆ ਜਾ ਸਕੇ। ਇਹ ਕੰਮ ਜਿਹੜਾ ਅਸੀਂ ਤੁਹਾਡਾ ਕੱਲ੍ਹ ਤੋਂ ਸਟਾਰਟ ਕਰ ਦਾਂਗੇ ਜੀ, ਸਾਡੀ ਕੋਸ਼ਿਸ਼ ਹੋਏਗੀ 2 ਮਹੀਨੇ ਦੇ ਵਿੱਚ ਇਹਨੂੰ ਕੰਪਲੀਟ ਕਰ ਦਿੱਤਾ ਜਾਏ। ਟੋਟਲ ਸੜਕ ਸਾਰੀ ਸੜਕ ਬਣੇ? ਹਾਂ, ਇਹ ਜਿਹੜੀ ਨਹੀਂ ਪਹਿਲਾਂ 1 ਕਿਲੋਮੀਟਰ ਜਿਹੜੀ ਦਿੱਕਤ ਹੈਗੀ ਹੈ ਜੀ, ਜਿੱਥੇ ਸੀਵਰ ਪਿਆ ਉਹ ਸੀਵਰੇਜ ਵਾਲਾ ਪਾਰਟ ਹੈ ਨਾ, ਪਹਿਲੇ ਅੱਗੇ ਵਾਲੀ ਸੜਕ ਤਾਂ ਪਹਿਲੇ ਬਣੀ ਹੋਈ ਹੈ ਜੀ। ਨਹੀਂ, ਸੜਕ ਤਾਂ ਸਾਰੀ ਟੋਟਲੀ ਟੁੱਟੀ ਦੀ ਹੈ ਜੀ, ਸ਼ਾਹਬਾਦ ਤੱਕ। ਨਹੀਂ, ਸ਼ਾਹਬਾਦ ਤੱਕ ਨਹੀਂ ਜੀ, ਬਟਾ ਜਿੱਥੇ ਤੱਕ ਆਪਣਾ ਬਾਜਵਾ ਹਸਪੀਟਲ ਉੱਥੇ ਤੱਕ ਤਾਂ ਪਹਿਲੇ ਬਣੀ ਹੋਈ ਹੈ। ਜਿਹੜਾ ਸੀਵਰੇਜ ਬੋਰਡ ਨੇ ਕੰਮ ਕੀਤਾ ਉਹਦੇ ਕਰਕੇ ਜਿਹੜੀ ਸੜਕ ਡੈਮੇਜ ਸੀ ਉਸ ਪਾਰਟ ਨੂੰ ਹੀ ਠੀਕ ਕੀਤਾ, ਉਸ ਪਾਰਟ ਨੂੰ ਠੀਕ ਕਰੋ ਜੀ। ਜੀ, ਵਿਕਾਸ ਸ਼ੁਰੂ ਹੈ ਜੀ। ਸਾਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੀ ਟੀਮ ਜਿਹੜੀ ਸਾਰੀ ਹੈ ਮਿਹਨਤ ਕਰਨ ਨੂੰ ਤਿਆਰ ਪਰ ਤਿਆਰ ਰਹਿੰਦੀ ਆ। ਅਸੀਂ ਰਲ ਮਿਲ ਕੇ ਹੁਣ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਕੰਮਾਂ ਨੂੰ ਪਹਿਲ ਦੇ ਉਪਰਾਲੇ ਦੇ ਨਾਲ ਆਪਾਂ ਸ਼ੁਰੂ ਕਰ ਰਹੇ ਹਾਂ ਜੀ। ਔਰ ਅੱਜ ਕਾਦੀਆਂ ਰੋਡ 'ਤੇ ਆਪਾਂ ਉਦਘਾਟਨ ਕੀਤਾ, ਹੁਣ ਇਸ ਤੋਂ ਬਾਅਦ ਟ੍ਰੇਨ ਦਾ ਵੀ ਉਦਘਾਟਨ ਹੈ, ਉਸ ਤੋਂ ਬਾਅਦ ਧੀ ਰੋਡ 'ਤੇ ਵੀ ਜਾ ਰਹੇ ਹਾਂ ਜੀ। ਚੱਲ ਸੋ ਚੱਲ ਚੱਲ ਹੀ ਰਿਹਾ ਜੀ, ਬਾਈਪਾਸ ਰੋਡ ਦਾ ਵੀ ਉਦਘਾਟਨ ਕਰ ਰਹੇ ਹਾਂ ਜੀ। ਠੀਕ ਹੈ ਜੀ, ਤਗੜੇ ਹੋ ਕੇ ਸਾਥ ਦਿਓ, ਬਸ ਇਹੋ ਬੇਨਤੀ ਹੈ ਜੀ। ਮਹਾਰਾਜ ਅੱਗੇ ਤੇ ਸਾਡੇ ਬਟਾਲੇ ਵਾਲੇ ਕਹਿੰਦੇ ਜਿੱਤ ਕੇ ਲੱਭਦਾ ਹੀ ਨਹੀਂ, ਕਹਿੰਦੇ ਸੀ ਨਾ ਜਿਹੜੇ ਪੁਰਾਣੇ ਲੀਡਰ ਸੀ, ਹੁਣ ਇਹ ਆ ਵੀ ਹਲੇ ਜਿੱਤਣ ਨੂੰ ਤੇ ਸਾਨੂੰ 14 ਦਿਨ ਨਹੀਂ ਹੋਏ, ਹੁਣ ਅਸੀਂ ਮਾਰਕੀਟ 'ਚ ਹੀ ਹਾਂ। ਥੈਂਕ ਯੂ ਜੀ।